ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਖੜੇ ਹਾਂ ਦੋਸਤੋ ਪਿੰਡ ਪਨਗੋਟਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਵੀਰ ਸੁਖਦੇਵ ਸਿੰਘ ਹੋਣਾਂ ਦੇ ਕੋਲ ਆਏ ਹਾਂ ਦੋਸਤੋ। ਠੀਕ ਹੈ ਜੀ, ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਆ, ਪਸ਼ੂ ਵਪਾਰ ਦਾ ਕੰਮ ਆ ਅਤੇ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਇਸ ਕਿੱਲੇ ਦੇ ਉੱਪਰ। ਬਾਕੀ ਸਮੇਂ-ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ। ਠੀਕ ਹੈ ਜੀ, ਇਸੇ ਤਰ੍ਹਾਂ ਨਵੇਂ ਨਾਗ ਜਿਹੜੇ ਆਉਂਦੇ ਆ ਉਹਨਾਂ ਦੀ ਡਿਟੇਲ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਹਾ ਕਰੋ। ਅੱਜ ਇਸ ਕਵਰੇਜ ਵਿੱਚ ਟੋਟਲ 3 ਵਹਿੜਾਂ ਦਿਖਾਉਣੀਆਂ, 3 ਸੂਈਆਂ ਸਵਾਈਆਂ ਵਹਿੜਾਂ ਨੇ। ਤੋਂ ਕਿੰਨੀ ਮਿਲਕਿੰਗ ਆ ਦੋਸਤੋ, ਕੀ ਰੇਟ ਭਾਅ ਪੜਤਾ, ਕਿਨਵੇਂ ਸੂਏ ਇਹ ਸੂਈਆਂ ਨੇ, ਉਹ ਪੂਰੀ ਡਿਟੇਲ ਪੂਰੀ ਜਾਣਕਾਰੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ, ਪੂਰੀ ਇਨਫੋਰਮੇਸ਼ਨ ਆ ਉਹ ਤੁਹਾਨੂੰ ਮਿਲ ਸਕੇ। ਤੇ ਪਨਗੋਟੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ, ਨਦੌਰ ਪਿੰਡ ਬਿਲਕੁਲ ਲੱਗ ਗਿਆ, ਬੱਠੇ ਭੈਣੀ ਥੋੜੀ ਦੂਰੀ ਤੇ ਆ, ਦਦੇਰ ਸਾਹਿਬ ਥੋੜੀ ਦੂਰੀ ਤੇ ਆ। ਠੀਕ ਹੈ ਜੀ, ਅੱਜ ਤਰੀਕ ਦੋਸਤੋ 16 ਅਪ੍ਰੈਲ ਤੇ ਸਮਾਂ ਕੋਈ ਦੁਪਹਿਰ ਦੇ 2-2:30 ਵਜੇ ਦਾ ਸਮਾਂ ਹੈ। ਐਨੀਮਲ ਸਾਰੇ ਸੂਏ ਸੁਆਏ ਆ, ਇਸ ਕਰਕੇ ਦੋਸਤੋ ਆਪਣੀ ਕੋਈ ਵੀਰ 2 ਟਾਈਮ ਚੋਗੇ, 3 ਟਾਈਮ ਚੋਗੇ ਤਸੱਲੀ ਜ਼ਰੂਰ ਯਕੀਨੀ ਬਣਾ ਲਿਓ। ਠੀਕ ਹੈ ਜੀ, ਕੋਈ ਵੀਰ ਨਹੀਂ ਆ ਸਕਦਾ ਦੂਰ ਨੇੜੇ ਤੋਂ, ਵੀਡੀਓ ਕਾਲ 'ਤੇ ਚਾਹੇ 1 ਟਾਈਮ ਚਾਹੇ 2 ਟਾਈਮ ਆਪਣੀ ਚੁਆਈ ਕਰਵਾ ਕੇ ਤਾਂ ਤੁਸੀਂ ਤਸੱਲੀ ਜਿਹੜੀ ਆ ਉਹ ਕਰ ਸਕਦੇ ਜੀ। ਆਓ ਲੈਂਦੇ ਹਾਂ ਡਿਟੇਲ ਵਧੇਰੇ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਸੁਖਦੇਵ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸੰਤ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਸੰਤ ਸਾਹਿਬ ਠੀਕ ਠਾਕ? ਬਹੁਤ ਵਧੀਆ, ਬਹੁਤ ਵਧੀਆ। ਵੀਰ ਸੁਖਦੇਵ ਠੀਕ ਠਾਕ ਜੀ? ਪੂਰੀ ਮਿਹਰ ਹੈ ਜੀ ਗੁਰੂ ਅਰਜਨ ਪਾਤਸ਼ਾਹ ਦੀ। ਠੀਕ ਆ ਜੀ। ਤੇ ਅੱਛਾ ਵੀਰ ਸੁਖਦੇਵ, ਹਰ ਵਾਰ ਦੀ ਤਰ੍ਹਾਂ ਚਲੋ ਪਸ਼ੂ ਅੱਜ ਵੀ ਕਾਫੀ ਬ੍ਰਾਂਡ ਆ ਗਏ ਆਪਣੇ ਕੋਲ। ਹਾਂਜੀ ਹਾਂਜੀ, ਇਹ 3 ਵਹਿੜਾਂ ਆ ਗਈਆਂ ਨੇ, 3 ਬਹੁਤ ਖੂਬਸੂਰਤ ਕੁਆਲਿਟੀ ਦੀਆਂ ਵੈਸੇ ਦਿਖਾਈ ਦੇ ਰਹੀਆਂ ਵਹਿੜਾਂ ਤੇ। ਸੰਧੂ ਸਾਹਿਬ ਬ੍ਰਾਂਡ ਆ ਗਈਆਂ, ਪਰ ਨਾ ਦੇਖੋ ਜਿਸ ਤਰ੍ਹਾਂ ਰੁੱਤਾਂ ਲੰਘਦੀਆਂ, ਸਿਆਲ ਲੰਘ ਕੇ ਗਰਮੀ ਆ ਗਈ ਆ ਤੇ ਆਪਾਂ ਸਿਆਲ ਵਾਲੇ ਮੁੱਲ ਨਹੀਂ ਰੱਖੀ ਹੋਣੇ, ਥੋੜਾ ਜੇ ਰੁੱਤ ਨੇ ਮੋੜ ਖਾਧਾ ਤੇ ਆਪਾਂ ਮੁੱਲ ਨੂੰ ਵੀ ਮੋੜ ਵਾਲੇ ਪਾਸੇ ਲੈ ਆਈਏ। ਬਸ ਬਸ ਬਸ, ਅੱਜ ਵੀਰਾਂ ਨੂੰ ਬਹੁਤ ਭਾਜ ਵਹਿੜਾਂ ਦੇਣੀਆਂ ਵਾ। ਠੀਕ ਆ ਜੀ, ਇਹ ਤੋਂ ਆਪਾਂ ਸ਼ੁਰੂ ਕਰੀਏ ਦੂਸਰਾ ਸੂਆ ਸੰਧੂ ਸਾਹਿਬ। ਬੈਠ ਦਾ। ਅੱਛਾ ਦੂਸਰਾ ਸੂਆ ਸੂਈ ਆ, ਦੂਸਰਾ ਸੂਆ ਕਿੰਨੇ ਕੁ ਦਿਨ? ਅੱਜ 4 ਦਿਨ ਹੋ ਗਏ ਜੀ ਸੂਈ ਨੂੰ। ਲਓ ਜੀ, 4 ਦਿਨਾਂ ਦੀ ਸੂਈ ਆ। ਹਾਂਜੀ, ਦੂਜਾ ਸੂਆ ਮਗਰ ਬੱਚਾ ਆ ਗਿਆ, ਮਗਰ ਬੱਚਾ ਜੀ, ਮਗਰ ਬੱਚਾ। ਹਾਂਜੀ, ਅੱਛਾ ਵੀਰ ਸੁਖਦੇਵ, ਬੌਲੇ ਤੋਂ ਬਾਹਰ ਹੀ ਆ ਗਈ ਆ। ਹਾਂਜੀ, ਬੌਲੇ ਤੋਂ ਬਾਹਰ ਨਿਕਲ ਰਹੀ ਹੈ ਜੀ। ਠੀਕ ਹੈ ਜੀ, ਕਿੰਨੇ ਕੁ ਹੋਣੇ ਚੱਲਣ ਦੀ ਦੁੱਧ ਤੇ? ਇਸ ਟਾਈਮ 15 ਕਿਲੋ ਤੇ ਚੱਲ ਰਹੀ ਜੀ ਇਹ। 15 ਕਿਲੋ? ਹਾਂਜੀ, ਠੀਕ ਆ। ਸੋ ਕੱਦ ਵੱਡਾ ਦੋਸਤੋ, ਵੱਡੇ ਕੱਦ ਦੇ ਵਿੱਚ ਆ, ਵੇਲ ਦੀ ਸਪੈਸ਼ਲ ਆ। ਬਾਕੀ ਤੁਹਾਨੂੰ ਥੋੜਾ ਜਿਹਾ ਆਪਾਂ ਨੇੜਿਓਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਾਰੇ ਪਾਸੇ। ਹਾਂਜੀ, ਲਾ ਦਈਏ ਗਰਾਮ। ਆ ਲਓ ਜੀ, ਠੀਕ ਆ ਜੀ, ਲਾ ਕੇ ਤੇ 15 ਕਿਲੋ ਤੋਂ ਜਿਹੜੀ ਹੁਣ ਸ਼ੁਰੂਆਤ ਹੋਈ ਹੈ ਦੋਸਤੋ, ਬੌਲੇ ਤੋਂ ਬਾਹਰ ਨਿਕਲੀ ਆ। ਹਾਂਜੀ, ਤੇ ਦੁੱਧ ਤੇ ਕਰਮਾਲੀ ਦੀ ਹੁਣ ਜਿਹੜੀ ਹੈ 15 ਕਿਲੋ, ਇੱਕ ਸ਼ੁਰੂਆਤੀ ਦੌਰ ਦੇ ਵਿੱਚ ਦੁੱਧ ਇਹਦੇ ਥੱਲੇ ਹਾਜ਼ਰ ਆ। ਹੱਥੀ ਚਵਾਈ ਦਾ ਥਣ, ਫਾੜੀ ਵਾਲਾ ਚੱਡਾ, ਕੱਦ ਵੱਡਾ। ਹਾਂਜੀ, ਕੱਦ ਵੱਡੇ ਦੇ ਵਿੱਚ ਆ, ਵੇਲ ਬੂਲ ਦੀ ਸਪੈਸ਼ਲ, ਦੂਜਾ ਸੂਆ ਸੂਈ ਹੈ ਬੈੜ। ਹਾਂਜੀ, ਠੀਕ ਹੈ ਜੀ। ਸੋ ਇੱਕ ਵਾਰੀ ਤੁਹਾਨੂੰ ਆਪਾਂ ਤੋੜ ਕੇ ਖੋਲ ਕੇ ਚੰਗੀ ਤਸੱਲੀ ਨਾਲ ਦਿਖਾਉਣੇ ਆ। ਹਾਂਜੀ, ਤੋ ਸਾਫ ਸੁਥਰੀ ਆ ਦੋਸਤੋ, ਵੈਸੇ ਚਲੋ ਪਸ਼ੂ ਇੱਕ ਵਾਰੀ ਸੂ ਸਵਾਹ ਦੇ ਵਿੱਚ ਆਉਂਦਾ। ਹਾਂਜੀ ਹਾਂਜੀ, ਪਰ ਕੱਦ ਫੁੱਲ ਵੱਡਾ, ਇਹ ਮੇਰਾ ਵੀਰ ਕੋਈ ਦੂਰੋਂ ਨੇੜਿਓਂ ਕਿਸੇ ਨੇ ਆਉਣਾ, ਇੱਕ ਆਈਡੀਆ ਮੰਨ ਕੇ ਤੁਸੀਂ ਸੰਪਰਕ ਕਰਿਓ। ਹੋਰ ਲਈ ਹਾਈਟ ਕੱਦ ਵਿੱਚ ਆ, ਆ ਲਓ ਜੀ, ਠੀਕ ਆ। ਤੋ ਬਾਕੀ ਸੋਹਣੀ ਵਿੱਥ, ਚੰਗੀ ਵਿਰਲ ਤੇ ਥਣ ਲੱਗਾ, ਮੁੱਠੀ ਥਣ ਤੇ ਚੰਗੀ ਸੋਹਣੀ ਵਿਰਲਾ। ਵੇਖੋ ਤੁਸੀਂ ਸਪੇਸਾਂ ਸਪੂਸਾਂ ਕਾਫੀ ਜ਼ਿਆਦਾ, ਪੂਰੀ ਪੂਰੀ ਸੰਤ ਸਾਹਿਬ ਠੰਡੀ ਵੀ ਪੂਰੀ ਆ। ਠੀਕ ਹੈ ਜੀ। ਹਾਂਜੀ, ਇਹ ਨਹੀਂ ਵੀ ਚਵਾਈ ਜੀ ਕੋਈ ਲੱਤ ਗਾਂਹ ਪਛਾਂ ਕਰਨੀ ਆ, ਕੋਈ ਕਰਮਾਲੀ ਨੂੰ ਵਿਚਾਰ ਨਹੀਂ ਗਾ। ਠੀਕ ਹੈ ਜੀ, ਠੀਕ। ਹਾਂਜੀ ਲਓ ਜੀ, ਆ ਬੈਕ ਸਾਈਡ ਤੋਂ ਵੇਖੋ ਦੋਸਤੋ, ਤੇ ਸੱਜੀ ਖੱਬੀ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਆਲ ਰਾਊਂਡ ਤੋਂ ਆਪਾਂ ਜਿਹੜੀ ਹੈ ਥਣਾਂ ਦੀ ਦਿਖਾ ਦਈਏ। ਆ ਲਓ ਜੀ, ਠੀਕ ਆ ਜੀ। ਅੱਛਾ ਵੀਰ, ਬਾਕੀ ਸੁਖਦੇਵ ਕੋਈ ਕਿਸੇ ਤਰ੍ਹਾਂ ਦਾ ਕੋਈ ਵੰਗਾ ਵੰਗਾ ਪਾਉਣ ਦੀ ਲੋੜ ਨਹੀਂ? ਕੋਈ ਗੱਲ ਨਹੀਂ ਜੀ, ਵੰਗਾ ਪਾ ਲਓ ਤਾਂ ਕੋਈ ਨਹੀਂ, ਨਾ ਪਾ ਲਓ ਤਾਂ ਵੀ ਕੋਈ ਨਹੀਂਗਾ। ਵੈਸੇ ਤਾਂ ਵੰਗਾ ਪਾ ਕੇ ਗਾਂ ਨੂੰ ਚੋਣਾ ਚਾਹੀਦਾ ਵਾ, ਭੋਰਾ ਲੱਤ ਨਹੀਂ ਲਾਉਂਦੀ, ਬਿਲਕੁਲ ਪੋਲਾ ਚਵਾ ਵਾ। ਠੀਕ ਆ, ਠੀਕ। ਇੱਕ ਸਾਰ ਪਸਮਣਾ, ਇਹ ਨਹੀਂ ਵੀ ਕਈਆਂ ਗਾਵਾਂ ਦਾ ਹੁੰਦਾ ਵਾਰ ਵਾਰ ਦੁੱਧ ਲਾਉਣਾ, ਉਹ ਵੀ ਨਹੀਂ। ਠੀਕ ਆ ਜੀ, ਠੀਕ ਆ। ਲਓ ਦੋਸਤੋ, ਜਿਹੜਾ ਭੈਣ ਭਰਾ ਲੈ ਜੂ ਕੋਈ, ਇਹ ਚ ਧੋਖਾ ਨਹੀਂਗਾ, ਇੱਕ ਸਾਰ ਪਸਮਣਾ, ਇੱਕੇ ਟਾਈਮ ਜਿਹੜਾ ਦੁੱਧ ਲਾਉਣਾ। ਠੀਕ ਆ ਜੀ, ਬਾਕੀ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾਉਣੇ ਆ। ਹਾਂਜੀ, ਆਹ ਦੇਖੋ ਜੀ, ਕਾਫੀ ਸੋਹਣੀਆਂ ਨਾੜਾਂ ਨੂੜਾਂ ਕਾਫੀ ਬਹਾਨੇ ਲੇਵੇ ਤੇ।
15 ਕਿਲੋ ਹੁਣ ਦੁੱਧ ਤੇ ਚੱਲਣ ਦੀ ਕਰਮ ਵਾਲੀ ਕੁਝ ਕੁ ਦਿਨਾਂ ਦੀ ਸੂਈ ਆ, ਕੋਈ 4-3-4 ਦਿਨਾਂ ਦੀ ਸੂਈ ਆ। ਸੋਹਣੀ ਵਿਰਲ ਸੋਹਣੀ ਵੰਡ ਤੇ ਥਣ ਲੱਗਾ, ਠੀਕ ਆ ਜੀ। ਬਾਕੀ ਪਸੰਦ ਆਊਗੀ ਵੈੜ, ਕੱਦ ਕਾਠ ਵਾਲੀ ਆ, ਫੁੱਲ ਵੱਡੇ ਕੱਦ ਕਾਠ ਦੇ ਵਿੱਚ। ਤੇ ਵੀਰ ਸਕਦੇ ਆ ਵੀ ਇਹਦੀ ਡਿਮਾਂਡ ਕੀ ਕਰਦੇ ਜੀ? ਡਿਮਾਂਡ ਤਾਂ ਸੰਧੂ ਸਾਹਿਬ ਇਹਦੇ ਨਾਲ ਦੀਆਂ ਵੈੜਾਂ ਆਪਾਂ 70-75-80 ਦੀਆਂ ਵੇਚ ਚੁੱਕੇ ਹਾਂ। ਹਾਂਜੀ, ਪਰ ਇਹ ਆਪਾਂ 60,000 ਦੀ ਦੇਣੀ ਸੀ ਵੀਰਾਂ ਨੂੰ, 60 ਚੋਂ 2 ਮਾਣ ਕਰ ਦੇਣਾ, 58,000 ਰੁਪਏ ਦੀ ਅੱਜ। 58 ਦੀ? ਹਾਂਜੀ, 1,000 ਹੋਰ ਮਾਣ ਕਰ ਦਈਏ 57, ਕਿਉਂ ਗਰਮੀ ਆ ਰਹੀ ਹੈ। 57,000 ਦੀ ਦੇਵਾਂਗੇ, ਜਿਹੜਾ ਵੀ ਭੈਣ ਭਰਾ ਲੈ ਜੂਗਾ ਯਾਦ ਕਰੂਗਾ ਵੀ ਵੈੜ ਆ ਕੋਈ। ਠੀਕ ਹੈ ਜੀ, ਹਾਂਜੀ, ਲਓ ਵੀ ਭਰਾਵੋ 57,000 ਦੀ ਇਹ ਵੈੜ ਮਿਲ ਜੂਗੀ ਤੁਹਾਨੂੰ। ਸੋ ਚੰਗੀ ਪਲੀ ਪ੍ਰੀਤੀ ਆ, ਵੱਡੇ ਕੱਦ ਕਾਠ ਦੇ ਵਿੱਚ, ਸੋਹਣੇ ਬਾਡੀ ਸਟਰਕਚਰ ਦੇ ਵਿੱਚ ਆ, ਬਾਕੀ ਬਿਲਕੁਲ ਤਾਜ਼ੀ ਸੂਈ ਸਵਾਈ, ਠੀਕ ਆ। ਤੇ 15 ਕਿਲੋ ਤੋਂ ਚੱਲਣ ਡਈ ਆ, 57,000 ਦੀ ਤੁਹਾਨੂੰ ਇਹ ਜਿਹੜੀ ਹਾਂ ਨਾ ਹੋ ਜੂਗੀ। ਸੋ ਆ ਕੇ ਮੇਰਾ ਵੀਰ ਜਿੱਦਾਂ ਮਰਜ਼ੀ ਚੋ ਕੇ, ਭਾਵੇਂ 2 ਟਾਈਮ 3 ਟਾਈਮ ਕੋਈ ਤਸੱਲੀ ਕਰੇ ਜੀ ਭੈਣ ਭਰਾ। ਅੱਛਾ ਵੀਰ ਸਕਦੇ ਆ, ਜਿਹੜੀ ਆਪਣੇ ਕੋਲ ਦੂਜੇ ਨੰਬਰ ਤੇ ਆ ਗਈ ਆ, ਇਹ ਸੰਧੂ ਸਾਹਿਬ ਦੂਸਰਾ ਸੂਗਾ ਵਾ। ਹਾਂਜੀ, ਇਹ ਨਾ ਬਿਲਕੁਲ ਮਤਲਬ ਜਿਹਨੂੰ ਆਪਾਂ ਕਹਿ ਸਕਦੇ ਮਾੜੇ ਘਰੋਂ ਲਈ ਆਪਾਂ, ਠੀਕ ਹੈ ਜੀ। ਜੇ ਆਪਾਂ ਨੂੰ ਰੇਟ ਨਾ ਮਿਲੀ ਤੇ ਆਪਾਂ ਨੂੰ ਰੇਟ ਨਾ ਦੇ ਦੇਣੀ ਆ। ਬਿਲਕੁਲ, ਇਹਦਾ ਸੂਈ ਨੂੰ ਇਹਨੂੰ 25 ਦਿਨ ਹੋ ਗਏ ਜੇ ਆਪਾਂ ਝੂਠ ਮਾਰ ਕੇ ਕਿਸੇ ਨੂੰ ਦੇਣੀ, ਆਹ ਅੱਛਾ ਵਾ। ਅੱਛਾ ਜੀ, 20-25 ਦਿਨ ਹੋ ਗਏ ਆ, ਕਿਸੇ ਭੈਣ ਭਰਾ ਨੇ ਕਹਿਣਾ ਤੇ ਆਪਾਂ ਆਪ ਕਵਾਂਗੇ ਜਿੰਨਾ ਹੈਗਾ ਵਾ। ਲਓ ਜੀ, ਬਿਲਕੁਲ ਠੰਡੀ ਆ, 13 ਲੀਟਰ ਇਸ ਵੇਲੇ ਦੁੱਧ ਇਸ ਟਾਈਮ ਤਿਆਰ ਵਾ। 13 ਲੀਟਰ? ਹਾਂਜੀ, ਇਸ ਟਾਈਮ 13 ਲੀਟਰ, 13 ਲੀਟਰ ਦੁੱਧ ਦੱਸੋ ਇਸ ਵੇੜ ਦੇ ਥੱਲੇ ਹਾਜ਼ਰ ਆ। HF ਦਾ ਤੇ ਥੋੜਾ ਜਿਹਾ ਜਰਸੀ ਦਾ ਕਰੋਸ ਕਰੋਸ ਜੀ, ਠੀਕ ਆ ਜੀ। ਤੇ ਬਾਕੀ ਤੋਹਫੇ ਚੀਜ਼ਾਂ ਹੀ ਆ ਕਿ ਬਿਲਕੁਲ ਰੁੱਤ ਨੂੰ ਵੇਖਦੇ ਹੋਏ ਵੀਰ ਸਖਦੇਵ ਨੇ ਤੋਹਫੇ ਚੀਜ਼ਾਂ ਲਿਆ ਕੇ ਸਾਹਮਣੇ ਖੜੇ ਕਰਤੇ ਆ। ਕਰੋਸ ਅੰਗ ਦੇ ਵਿੱਚ ਆ ਕਰਮ ਵਾਲੀਆਂ, ਨਾ ਕੋਈ ਗਰਮੀ ਦੀ ਬਾਹਲੀ ਵੱਡੀ ਦਿੱਕਤ ਆਉਣੀ ਇਹਨਾਂ ਨੂੰ, ਠੀਕ ਆ। ਮਗਰ ਦੇ ਵੱਛਾ 25 ਕੁ ਦਿਨਾਂ ਦੀ ਸੂਈ ਆ, 25 ਕੁ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ। 13 ਲੀਟਰ ਦੁੱਧ ਇਸ ਵਕਤ ਇਹਦੇ ਥੱਲੇ ਹਾਜ਼ਰ। 2 ਟਾਈਮ ਸੰਧੂ ਸਾਹਿਬ ਕੋਈ ਚੋਵੇ ਵੀ ਭੈਣ ਭਰਾ। ਹਾਂ ਜੀ, ਬਿਲਕੁਲ, ਚੋ ਕੇ ਆਪਦੀ ਤਸੱਲੀ ਕਰਕੇ, ਕੋਈ ਇਹੋ ਜਿਹੀ ਸੋਹਣੀ ਵਹਿੜ ਵਾ ਆਪਾਂ ਲਿਆਉਣਾ ਹੀ ਜਾਨਵਰ ਚੰਗਾ ਵੇਖ ਕੇ ਆ। ਲਓ ਜੀ, ਠੀਕ ਹੈ ਜੀ। ਸੋ ਫੇਲ ਫੂਲ ਦੀ ਦੋਸਤੋ ਸਪੈਸ਼ਲ ਆ, ਲੰਬੀ ਪੂਰੀ ਆ, ਠੀਕ ਹੈ ਜੀ। ਲੰਬੀ ਵਾਲੇ ਪਾਸਿਓਂ ਤੁਸੀਂ ਵੇਖਿਓ, ਕਾਫੀ ਲੰਬੀ ਆ, ਲੰਬਾਈ ਦੇ ਵਿੱਚ ਆ ਵੈੜ, ਤੇ ਕੱਦ ਵੀ ਤਕਰੀਬਨ ਮੀਡੀਅਮ ਤੋਂ ਪਲੱਸ ਹਾਈਟ ਆ। ਇੱਕ ਵਾਰੀ ਥੋੜਾ ਜਿਹਾ ਨੇੜੇ ਤੋਂ ਆਪਾਂ ਤੁਹਾਨੂੰ ਥਣ ਦੇਵਾ ਦਿਖਾ ਦਈਏ। ਬਿਲਕੁਲ ਜੀ, ਐ ਭਾਵੇਂ ਐ ਹੀ ਬਹਿ ਜੇ ਕੋਈ, ਇਹਨੂੰ ਕਰਮਾਂ ਨੂੰ ਕੋਈ ਵਿਚਾਰ ਨਹੀਂ, ਐ ਦੇਖੋ ਜੀ, ਠੀਕ ਆ, ਬਹਿ ਜੇ ਥੱਲੇ ਧਾਰਾਂ ਮਾਰੀ ਜਾਵੇ। ਸੋਹਣੇ ਥਣ ਭਾਂਡੇ ਦੀ ਆ, ਸੋਹਣੇ ਦੀ, ਸੋਹਣੇ ਦੀ, 3-4 ਦਾ ਤੁਹਾਡਾ ਥਾਣਾ, ਮੁੱਠੀ ਥਾਣਾ। ਹਾਂਜੀ, ਠੀਕ ਆ। 13 ਲੀਟਰ ਦੁੱਧ ਇਸ ਵਕਤ ਦੇ ਥੱਲੇ ਹਾਜ਼ਰ ਤਿਆਰ ਆ ਜੀ, 13 ਲੀਟਰ। ਸੋ ਕੋਈ ਵੀਰ ਚੋ ਕੇ ਭਰਾਓ, ਆਪਣੀ ਤਸੱਲੀ ਕਰੋ, ਵੀਡੀਓ ਕਾਲ ਤੇ ਕਰੋ ਚਾਹੇ ਘਰੇ ਆਣ ਕੇ, ਘਰੇ 2 ਟਾਈਮ ਚੋਣ ਚਾਣਾ, ਠੀਕ ਆ ਜੀ, ਮੁੱਠੀ ਥਾਣ। ਬਾਕੀ ਇਹ ਵੈੜ ਦੋਸਤੋ ਸੈਕਿੰਡ ਨੰਬਰ ਤੇ 13 ਕਿਲੋ ਤੇ ਚੱਲ ਰਹੀ ਆ, ਤੇ ਰੇਟ ਪੜਤਾ ਇਹਦਾ ਪੁੱਛ ਕੇ ਆਪਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ। ਅੱਛਾ, ਤੇ ਵੀਰ ਸੁਖਦੇਵ ਜੀ, ਫਿਰ ਕੀ ਕਰਦੇ ਆ, ਡਿਮਾਂਡ ਮੁੱਲ ਕੀ ਰਹੂਗਾ? ਇਹ ਵੀ ਸੰਧੂ ਸਾਹਿਬ, ਆਪਾਂ ਇਹਦਾ ਡਿਮਾਂਡ ਬਿਲਕੁਲ ਵਾਜਬੀ ਰੇਟ ਹੀ ਦੇਣਾ। 46,000 ਦੀ ਕੀਮਤ ਕਰਨੀ ਹੈ ਤੇ 45 ਦੀ ਆਪਾਂ ਦੇ ਦੇਣੀ ਆ ਬਈ। ਹਾਂ ਨਾ, ਜਿਹੜੀ ਹਾਂ ਨਾ, 45,000 ਦੀ। ਲਓ, ਛੋੜ ਕੋਈ ਭੈਣ ਭਰਾ ਆਊਗਾ, 100-200 ਕਰਾ ਲੇ, 500 ਕਰਾ ਲਿਓ, ਗੱਲ ਵੱਖਰੀ, 45,000 ਰੁਪਏ ਦੇਣੀ ਆ ਆਪਾਂ। ਲਓ ਵੀ ਦੋਸਤੋ, 45,000 ਦੀ ਮਿਲੂਗੀ ਤੁਹਾਨੂੰ। ਹਾਂਜੀ, 46,000 ਰੇਟ ਉਹ ਮੰਗਿਆ, ਠੀਕ ਆ, ਤੇ ਵਿੱਚੋਂ 1000 ਖੰਡ ਵਿੱਚੋਂ ਮਾਨਤਾ ਨਾ 45 ਦੀ ਆ। ਬਾਕੀ ਛੋੜ ਛੱਪਾ, ਕੋਈ ਰੱਸਾ ਛੜਾਈ, ਕੋਈ ਇੱਧਰ ਉੱਧਰ ਮਾੜੀ ਮੋੜ ਦੀ ਛੋਟ ਆ, ਉਹ ਮੌਕੇ ਤੇ ਮਾਨਤਾ ਕਿਸੇ ਵੀਰ ਦਾ ਹੋ ਜਾਂਦਾ ਜਦੋਂ ਕਿ ਤੁਸੀਂ ਸੌਦਾ ਕਰਦੇ ਜੇ। ਅੱਗੇ ਆ ਗਈ ਆਪਣੇ ਕੋਲ ਜਰਸੀ। ਹਾਂਜੀ, ਜਰਸੀ ਇਹ ਗਰਮੀਆਂ ਦਾ ਗੋਲਾ ਜੀ, ਜਦੋਂ ਆਪਾਂ ਪੜਦੇ ਨੇ ਨਾ ਨਿੱਕੇ ਨਿੱਕੇ ਹੁੰਦੇ, ਇਹਨਾਂ ਨੇ ਗਰਮੀਆਂ ਦੇ ਗੋਲੇ ਵਾਲਾ ਭਾਈ ਆ ਗਿਆ, ਉਹ ਗੋਲਾ ਵਾ। ਹਾਂ ਬਿਲਕੁਲ ਜੀ, ਬਿਲਕੁਲ। ਇਹ ਸੰਧੂ ਸਾਹਿਬ ਤੜਕੇ ਸੂਈ ਕੋ 6 ਵਜੇ? ਬਿਲਕੁਲ ਜੀ, ਅੱਜ ਮਾਰਨਾ ਜੀ, ਅੱਜ ਸਵੇਰ ਸੂਈ ਹੈ ਜੀ, ਸਵੇਰ ਜੀ 11 ਵਜੇ ਦੀ ਗੇਰ ਪੈ ਗਈ ਆ। ਮਗਰ ਇਹਦੇ ਵੀਰ ਸਕਦੇ ਆ, ਅੱਛਾ ਹੀ ਹੈ, ਮਗਰ ਇਹਦੇ ਬੱਚਾ 11 ਵਜੇ ਦੀ ਗੇਰ ਪੈ ਗਈ ਆ। ਅੱਛਾ ਜੀ, ਅੱਛਾ। ਲਓ ਦੋਸਤੋ, ਅੱਜ 11 ਵਜੇ ਨੇ ਗੇਰ ਪਾਤੀ ਆ। ਅੱਜ ਸਵੇਰ ਦੋਸਤੋ 16 ਅਪ੍ਰੈਲ ਨੂੰ ਮਾਰਨਿੰਗ ਸਵੇਰ 6 ਵਜੇ ਦੇ ਹੇੜ-ਗੇੜ ਸੂਈ ਆ, ਮਗਰ ਬੱਚਾ, ਠੀਕ ਆ ਜੀ, 11 ਵਜੇ ਜੇਰ-ਜੂਰ ਪ੍ਰੋਪਰ ਪਾ ਦਿੱਤੀ ਆ। ਸਾਰੀ ਵੀਡੀਓ ਪਈ ਆਪਣੇ ਕੋਲ, ਸਾਰੀ ਪਈ, ਠੀਕ ਆ ਜੀ। ਤੇ ਬਾਕੀ ਜਰਸੀ ਨਸਲ ਕਾਫੀ ਵੀਰ ਖਰੀਦਣੀ ਪਸੰਦ ਕਰਦੇ ਆ, ਤੇ ਜਰਸੀ ਬਰੀਡ ਬਿਲਕੁਲ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਤੀ ਆ। ਹਾਂਜੀ, ਠੀਕ ਆ ਜੀ। ਗ੍ਰੇ ਕਲਰ ਇਹਦਾ ਹੈਗਾ ਦੋਸਤੋ, ਸੁਰਮੇ ਰੰਗੀ ਜੀ ਆ ਕਲਰ, ਤੁਸੀਂ ਦੇਖ ਸਕਦੇ ਜੇ, ਬਰਾਊਨ ਬਦਾਮੀ ਰੰਗਾ ਜਾ, ਗ੍ਰੇ ਕਲਰ ਦਾ ਕੰਬੀਨੇਸ਼ਨ ਜਿਹਾ। ਹਾਂਜੀ, ਠੀਕ ਆ ਜੀ। ਬਾਕੀ ਥਣ ਜਿਹੜਾ ਪੂਰਾ ਸਾਫ਼ ਸੁਥਰਾ ਕਰਮ ਵਾਲੀ ਦਾ, ਮੋਟੇ ਥਾਣਾ, ਬਿਲਕੁਲ ਲੰਬੇ ਨੋਕ ਵਾਲੇ,
ਤੇ ਹਵਾਨੇ ਲੇਵੇ ਦੀ ਵੀ ਵੇਖੋ ਕਾਫੀ ਖੂਬਸੂਰਤ ਆ। ਬਿਲਕੁਲ ਜੀ, ਉਹੋ ਜਿਹਾ ਬਹੁਤ ਨਹੀਂ ਆਪਾਂ ਲੈਂਦੇ ਜਿੰਨਾ ਲੇਵਾ ਅੱਗੇ ਉਹਨੇ ਪਿੱਛੇ। 4 ਕਿਲੀਟਰ ਆਪਾਂ ਬੋਲਾ ਜੇਰ ਪੈਣ ਤੋਂ ਬਾਅਦ ਚੋ ਕੇ, ਹਾਂਜੀ, ਤੇ ਕਰਮਾਲੀ ਥੱਲੇ ਉਹਦੇ ਨਾਲੇ ਬੱਚੇ ਬੱਚੇ ਨੂੰ ਰਜਾਤਾ ਜੀ। ਅੱਛਾ ਜੀ, ਹਾਂਜੀ, ਪੂਰੀ ਤੁਹਾਨੂੰ ਪਤਾ ਸਾਫ ਨਹੀਂ ਕੀਤੀ, ਬਾਕੀ ਚੰਗੀ ਨਿਕਲੀ ਚੋਣ ਚੜ੍ਹ ਪੂਰੀ ਜੀ, ਪੂਰੀ ਬਿਲਕੁਲ ਪੋਲੀ ਭੂ ਕਰਕੇ ਨਿਕਲੀ ਆ ਜੀ। ਐਂ ਕਰਮਾਲੀ ਦੀਆਂ ਧਾਰਾਂ ਮਾਰੀ ਜਾਓ, ਇਹਨੂੰ ਧਾਰਾਂ ਦੀ ਕੋਈ ਵਿਚਾਰ ਨਹੀਂ ਜੀ। ਲੈ ਵੀ ਐਂ ਮਾਰੀ ਜਾਓ। ਲਓ ਵੀ ਦੋਸਤੋ ਕਰੋ ਗੱਲ, ਠੀਕ ਆ, ਠੰਡੀ ਧੀਰੀ ਸੀਲ ਸਲੱਗ ਵੱਛੀ ਆ ਦੋਸਤੋ। ਦੂਜਾ ਸੁਬਹ ਸੂਈ ਅੱਜ ਮੋਰਨਿੰਗ, ਬਿਲਕੁਲ ਪੀਲੇ ਰੰਗ ਦੇ ਵਿੱਚ ਤੁਸੀਂ ਵੇਖੋਗੇ ਬੋਲਾ, ਠੀਕ ਆ ਜੀ। ਇੱਕ ਟਾਈਮ ਪਹਿਲੇ ਟਾਈਮ ਦੀ ਜਿਹੜੀ ਚਵਾਈ ਹੋਈ ਅੱਜ, ਪਹਿਲੀ ਚਵਾਈ ਹੋਈ ਕਰਮਾਲੀ 4 ਕਿਲੋ ਬੋਲੇ ਦੇ ਉੱਤੇ ਹੋਈ ਹੈ ਚਵਾਈ। ਸੋ ਬੜਾ ਸੋਹਣਾ ਥਾਣਾ ਵੇਖੋ ਜੀ, ਪੂਰਾ ਨੋਕ ਵਾਲਾ, ਠੀਕ ਆ ਜੀ। ਹੱਥੀ ਚਵਾਈ ਦਾ ਥਾਣਾ ਪਸੰਦ ਆਊਗੀ ਵੱਛੀ, ਕਾਫੀ ਵੀਰ ਡਿਮਾਂਡ ਭਾਲ ਕਰਦੇ ਰਹਿੰਦੇ ਵੀ ਚੰਗਾ ਪਸ਼ੂ ਨਿਕਲੇ ਤੇ ਜ਼ਰੂਰ ਖਰੀਦੀਏ। ਹੱਥ ਪਾ ਸਕਦੇ ਜੇ ਤੁਸੀਂ ਜੇਰ ਜੂਰ ਵਾਲੇ ਪਾਸੇ, ਪੂਰੀ ਸਾਫ ਹੋ ਗਈ ਆ, ਵੀਡੀਓ ਮਿਲ ਗਈ ਜੀ, ਠੀਕ ਆ ਜੀ। ਸੋ ਉਹਦਾ ਕਲਿੱਪ ਇੱਕ ਵੀਡੀਓ ਮਿਲ ਜੂਗੀ ਜਿਹੜੀ ਵੀਰ ਸੁਖਦੇਵ ਉਹਨਾਂ ਨੇ ਬਣਾ ਕੇ ਰੱਖੀ ਆ ਮੌਕੇ ਤੇ, ਉਹ ਵੀਡੀਓ ਕਿਸੇ ਵੀਰ ਨੂੰ ਦਿਖਾਈ ਜਾਊਗੀ ਜਿਹੜਾ ਕੋਈ ਖਰੀਦਦਾਰ ਆਉਂਦਾ ਮੌਕੇ ਤੇ। ਆਹ ਫੇਸ ਕੁਆਲਿਟੀ ਹੈ, ਠੀਕ ਆ ਜੀ। ਸੋਹਣਾ ਥਣ ਜੀ ਹੱਥੀ ਚਵਾਈ ਵਾਲਾ ਸੰਧੂ ਸਾਹਿਬ, ਲਓ ਵੀ ਭਰਾਵੋ, ਠੀਕ ਆ ਜੀ। ਤੇ ਇਹ ਗਰਮੀ ਦੇ ਤੋਹਫੇ ਆ ਦੋਸਤੋ, ਬਿਲਕੁਲ ਜਿਹੜੇ ਵੀਰ ਸੁਖਦੇਵ ਨੇ ਲਿਆਂਦੇ ਆ, ਬਿਲਕੁਲ ਗਰਮੀ ਝੱਲਣ ਵਾਲੇ ਪਸ਼ੂ ਆ, ਜਿੱਥੇ ਮਰਜ਼ੀ ਧੁੱਪੇ ਛਾਵੇਂ, ਤੇ ਕੋਈ ਬਾਹਲੀ ਵੱਡੀ ਚਿੰਤਾ ਵਾਲੀ ਗੱਲ ਨਹੀਂ। ਤੇ ਵੀਰ ਸੁਖਦੇਵ ਇਹਦੀ ਕਰੀਏ ਡਿਟੇਲ ਦੂਜਾ ਆਪਣੀ ਸਾਂਝੀ, ਰੇਟ ਸੰਧੂ ਸਾਹਿਬ ਜਿੰਨੇ ਗੁਣਾਂ ਦੀ ਗੁਸਲੀ, ਇਹਦੇ ਰੇਟ ਤੇ ਤਾਂ ਵਾਹਵਾ ਕਰਨਾ ਚਾਹੀਦਾ ਹੈ ਨਹੀਂ, ਪਰ ਆਪਾਂ ਪਹਿਲਾਂ ਵੀਡੀਓ ਚ ਸ਼ੁਰੂ ਚ ਕਹਿ ਚੁੱਕੇ ਆ ਵੀ ਗਰਮੀਆਂ ਦੇ ਤੋਹਫੇ ਹੀ ਦੇਣੇ ਆ, ਬਿਲਕੁਲ ਜਾਇਜ਼ ਆ। ਇਹ 40,000 ਰੁਪਏ ਹੀ ਦੇਣੀ ਆ, 46 ਦੀ, ਤੇ 500 ਚੋਂ ਮਾਣ ਹੋਣਾ 45 ਦੀ, 45। ਹਾਂਜੀ, ਵੀ ਲੈਣ ਦੇ ਨਾਲ ਹੀ ਗੱਲ ਹੀ ਕਰਤੀ, ਲੈਣ ਦੇ ਨਾਲ ਹੀ ਗੱਲ ਕਰਤੀ ਹੈ ਜੀ। ਆਪਾਂ ਕੋਈ 50 ਨਹੀਂ 48 ਨਹੀਂ, ਪਹਿਲਾਂ ਕਿਹਾ ਵੀ 46 ਤੇ 45 ਲੈ ਲਾਂਗੇ। ਲਓ ਜੀ, ਲਓ ਦੋਸਤੋ 45.5, ਪਹਿਲਾਂ ਨੇ ਇਹਨੇ 11 ਤੋਂ 12 ਦੁੱਧ ਰੱਖਿਆ ਜੇ, ਹੁਣ ਦੂਜਾ ਸੂਆ ਕੋਈ ਵੀਰ ਭਰਾ 14 ਚੋਲੇ, ਕੋਈ 15 ਆਪਦੀ ਸੇਵਾ ਨਾਲ ਚੋਲੇ, ਕੋਈ 13 ਚੋਲੇ, 11 ਤੋਂ 12 ਕਿਲੋ ਇਹਨੇ ਪਲੂਣ ਨੇ ਦਿੱਤਾ। ਲਓ ਵੀ ਦੋਸਤੋ ਐਰਕੀ ਦੂਜਾ ਸੂਆ ਜੀ, ਪਹਿਲਾਂ ਨੇ ਦੁੱਧ ਵੀ ਜਿਹੜਾ ਦੋਸਤੋ 10 ਵਾਰ 11 ਕਿਲੋ ਜਿਹੜਾ ਦੁੱਧ ਚਵਾਇਆ, ਇਸ ਵਾਰ ਦੂਜਾ ਸੂਆ ਸੂਈ ਹੈ ਕਰਮਾਲੀ ਸੰਧੂ ਸਾਹਿਬ। ਕਿਸੇ ਨੇ ਸ਼ਹਿਰ 'ਚ ਰੱਖਣੀ ਹੈ ਨਾ, ਸ਼ਹਿਰ 'ਚ, ਸ਼ਹਿਰ ਵਾਲਾ ਵੀਰ ਇਹਨੂੰ ਬਹੁਤਾ ਕਰੇ, ਥੋੜੀ ਜਿਹੀ ਜਗ੍ਹਾ 'ਚ ਰੱਖ ਕੇ ਤੇ ਜਿਤਨਾ ਮਰਜ਼ੀ ਵੱਡੀ ਗਾਂ 'ਚ ਨਾ ਦੁੱਧ ਚੋਈ ਜਾਵੇ, ਤੇ ਥੋੜੀ ਜਿਹੀ ਜਗ੍ਹਾ 'ਚ ਬੰਨ ਕੇ ਤੇ ਇਹਨੂੰ ਜੋ ਮਰਜ਼ੀ ਦੇ ਨਜ਼ਾਰੇ ਲਵੇ ਜੀ। ਬਿਲਕੁਲ ਜੀ, ਬਿਲਕੁਲ। ਲਓ ਦੋਸਤੋ, ਬਿਲਕੁਲ ਕਰਮਾਲੀ ਤਾਜ਼ੀ ਸੂਈ ਸੁਭਾਈ ਹੈ, ਪੱਠਾ ਡੱਕਾ ਨਾਲ ਹੀ ਖਾਣ ਪੀਣ ਲੱਗ ਗਈ, ਖੁੱਲਾ ਡੁੱਲਾ, ਠੀਕ ਹੈ ਜੀ, ਚਾਰੂਗਾ ਪੂਰੀ। ਤੇ ਇਹ 3 ਨਾਗਾ ਦੋਸਤੋ, ਰੇਟ ਪੜਤਾ ਬਿਲਕੁਲ ਤੁਸੀਂ ਵੇਖ ਹੀ ਲਿਆ, ਠੀਕ ਹੈ ਜੀ, ਬਿਲਕੁਲ ਜੈਨੂਅਨ ਤੇ ਜਾਇਜ਼ ਰੇਟ ਆ। 3 ਪਸ਼ੂ ਸੂਏ ਸਵਾਏ ਆ, ਦੁੱਧ ਤੇ ਚੱਲਣ ਡਏ ਆ। ਇੱਕ ਜਿਹੜੀ ਵੈਟ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾਤੀ ਹੈ ਜਰਸੀ, ਇਹ ਬੌਲੇ ਤੇ ਆ, ਠੀਕ ਆ ਜੀ। ਤੇ ਕੋਈ ਮੇਰਾ ਵੀਰ ਲਿਜਾ ਕੇ ਬੌਲਾ ਵੀ ਛਕੇ ਛਕਾਵੇ, ਤੇ ਚੰਗੇ ਪਸ਼ੂ ਆ, 3 ਨਾਗ ਜਿਹੜੇ ਚੰਗੇ ਆ, ਤਿੰਨਾਂ ਦੇ ਨਾਲ ਬੱਚੇ ਆ। ਕੋਈ ਵੀਰ ਜਿੰਨਾ ਵੀ ਦੁੱਧ ਦੱਸਿਆ ਗਿਆ ਉਹਨਾਂ ਦੀ ਨਰਕ ਪਰਖਾ, ਉਹ ਘਰੇ ਆਣ ਕੇ ਕਰ ਲਿਓ, ਠੀਕ ਆ। ਤੇ ਵੀਰ ਸੁਖਦੇਵ ਇਹ ਨਾਕਸੀ ਅੱਜ ਆਪਣੇ ਕੋਲ, ਹਾਂਜੀ, ਹੋਈ ਦਿੰਦੇ, ਤੇ ਨੰਬਰ ਕਰ ਦਿਓ ਸਾਂਝੇ, ਨੰਬਰ 9798928203, ਪਿੰਡ ਪਨਗੋਟਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਦੋਸਤੋ, ਪਸ਼ੂ ਵੈਸੇ ਆਉਂਦੇ ਰਹਿੰਦੇ ਆ ਵੀਰ ਸੁਖਦੇਵ ਸਿੰਘ ਹੋਣਾ ਦੇ ਕਿੱਲੇ ਦੇ ਉੱਪਰ, ਇਸ ਫਾਰਮ ਦੇ ਉੱਪਰ, ਤੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ, ਠੀਕ ਆ ਜੀ। ਆਏ ਨਵੇਂ ਪਸ਼ੂਆਂ ਦੀ ਡਿਟੇਲ ਇਸੇ ਤਰ੍ਹਾਂ ਲੈ ਲਿਆ ਕਰੋ, ਠੀਕ ਆ ਜੀ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।